ਹਾਂਜੀ ਦੋਸਤੋ ਜਿਸਨੇ ਵੀ 10ਵੀਂ ਪਾਸ ਕੀਤੀ ਹੈ 12ਵੀਂ ਪਾਸ ਕੀਤੀ ਹੈ ਉਹਨਾਂ ਦੇ ਲਈ ਬਹੁਤ ਵਧੀਆ ਪੇ ਸਕੇਲ ਦੇ ਉੱਪਰ ਭਰਤੀ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਹਾਂ ਇਸ ਸੰਬੰਧੀ ਪੂਰੀ ਕੰਪਲੀਟ ਜਾਣਕਾਰੀ ਦੇਵਾਂ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਕੀ ਏਜ ਲਿਮਟ ਹੋਵੇਗੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਅਗਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਉਹ ਤੋਂ ਪਹਿਲਾਂ ਇੱਕ ਸਾਡਾ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਿੱਥੇ ਤੁਸੀਂ ਲਿੰਕ ਦੇ ਉੱਤੇ ਕਲਿੱਕ ਕਰਕੇ ਲਿੰਕ ਦੇ ਰਾਹੀਂ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਅਪਲੋਡ ਕਰਦੇ ਹਾਂ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਹਾਂਜੀ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਕਿਹੜੀਆਂ ਕਿਹੜੀਆਂ ਪੋਸਟ ਆਈਆਂ ਨੇ ਇੱਕ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੇਂ-ਨਵੇਂ हां जी दोस्तों जो आज दिया पोस्ट ਆਈਆਂ ਨੇ ਉਹ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਸਭ ਤੋਂ ਪਹਿਲੀ ਜੋ ਕਿ ਮਿਨਿਸਟਰੀ ਆਫ ਡਿਫੈਂਸ ਸਿਲੈਕਸ਼ਨਸ ਐਂਡ ਨੌਰਥ ਕਪੂਰਥਲਾ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਦੇ ਲਈ ਜੋ ਪੇ ਸਕੇਲ ਦਿੱਤਾ ਜਾਵੇ ਗਰੁੱਪ ਸੀ ਨਾਨ ਗੈਸਟਿਡ ਪੀਵੀ 1 ਆਫ ਦਾ 5200 ਤੋਂ ਪੀਆਰ 200 ਵਿਦ ਗ੍ਰੇਡਸ ਆਫ 1900 ਰੁਪਏ ਗ੍ਰੇਡ ਪੇ ਦਿੱਤਾ ਜਾਵੇਗਾ ਇਸ ਦੇ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਪਲੱਸ 2 ਪਾਸ ਤੁਹਾਡੀ ਕੀਤੀ ਹੋਣੀ ਚਾਹੀਦੀ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਦੇ ਉੱਤੋਂ ਤੇ ਤੁਹਾਡਾ ਜੋ ਸਕਿੱਲ ਟੈਸਟ ਲਿਆ ਜਾਵੇ ਜਿਸ ਦੇ ਵਿੱਚ ਟਾਈਪਿੰਗ ਸਪੀਡ ਤੁਹਾਡੀ ਇੰਗਲਿਸ਼ ਦੀ 35 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਜੋ ਕਿ ਕੰਪਿਊਟਰ ਦੇ ਉੱਪਰ ਹੋਵੇ ਜਾਂ ਹਿੰਦੀ ਦੀ ਟਾਈਪਿੰਗ 30 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਜੋ ਕਿ ਕੰਪਿਊਟਰ ਦੇ ਉੱਤੇ ਹੋਵੇਗੀ ਠੀਕ ਹੈ ਇਸ ਦੇ ਵਿੱਚ ਸਕਿੱਲ ਟੈਸਟ ਲਿਆ ਜਾਵੇਗਾ ਤੇ ਜਨਰਲ ਕੈਟਾਗਰੀ ਦੇ ਲਈ ਇੱਕ ਪੋਸਟ ਹੈ ਤੇ ਟੋਟਲ ਪੋਸਟਾਂ ਦੀ ਗਿਣਤੀ ਇੱਕ ਹੈ ਉਸ ਤੋਂ ਬਾਅਦ ਹੈ ਮਲਟੀਟਾਸਕਿੰਗ ਸਟਾਫ ਦੇ ਵਿੱਚ ਸਫਾਈ ਵਾਲਾ ਦੀ ਇੱਕ ਪੋਸਟ ਹੈ ਜਿਹਦੇ ਵਿੱਚ ਗਰੁੱਪ ਸੀ ਨਾਨ ਗੈਜਟਡ ਪੀਵੀ 1 5200 ਤੋਂ 2200 ਤੇ ਗ੍ਰੇਡ ਪੇ ਦਿੱਤਾ ਜਾਵੇਗਾ 1800 ਰੁਪਏ ਇਸ ਦੇ ਲਈ ਜੋ ਕੁਆਲਿਫਿਕੇਸ਼ਨ ਦੀ ਗੱਲ ਕਰੀ ਤਾਂ 10ਵੀਂ ਪਾਸ ਤੁਹਾਡੀ ਹੋਣੀ ਜ਼ਰੂਰੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ ਤੇ ਸਕਿੱਲ ਟੈਸਟ ਹੋਵੇਗਾ ਜਿਸ ਦੇ ਵਿੱਚ ਚਰਨਲ ਦੇ ਲਈ ਇੱਕ ਪੋਸਟ ਹੈ ਤੇ ਟੋਟਲ ਪੋਸਟਾਂ ਦੀ ਗਿਣਤੀ ਇੱਕ ਹੈ ਇਸ ਦੇ ਲਈ ਏਜ ਲਿਮਟ ਦੀ ਗੱਲ ਕਰੀਏ 18 ਤੋਂ 25 ਸਾਲ ਦੀ ਏ ਲਿਮਟ ਹੈ ਤੇ ਇਸ ਦੇ ਵਿੱਚ ਜੋ ਏ ਰੈਲਾਕਸੇਸ਼ਨ ਗਵਰਨਮੈਂਟ ਆਫ ਇੰਡੀਆ ਦੇ ਰੂਲਜ਼ ਐਂਡ ਰੈਗੂਲੇਸ਼ਨ ਅਕੋਰਡਿੰਗ ਦਿੱਤੀ ਜਾਵੇਗੀ ਉਸ ਤੋਂ ਬਾਅਦ ਤੁਹਾਡਾ ਇੱਕ ਟੈਸਟ ਲਿਆ ਜਾਵੇਗਾ ਜੀ ਜਿਸ ਦੇ ਵਿੱਚ ਸਬਜੈਕਟ ਹੋਣਗੇ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਨੰਮਰਿਕਲ ਐਪਟੀਟਿਊਡ ਜਨਰਲ ਇੰਗਲਿਸ਼ ਤੇ ਜਨਰਲ ਅਵੇਅਰਨੈਸ ਟੋਟਲ ਇਹ 200 ਨੰਬਰ ਦਾ ਪੇਪਰ ਹੋਵੇਗਾ ਤੇ 2 ਘੰਟੇ ਦਾ ਪੇਪਰ ਤੁਹਾਡਾ ਲਿਆ ਜਾਵੇਗਾ ਅਪਲਾਈ ਕਿਵੇਂ ਕਰਨਾ ਹੈ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਅਪਲਾਈ ਕਰਨ ਦੇ ਲਈ ਤੁਹਾਨੂੰ ਫਾਰਮ ਦੀ ਜ਼ਰੂਰਤ ਪਵੇਗੀ ਇਹ ਫਾਰਮ ਤੁਸੀਂ ਸਾਡੇ ਨੋਟੀਫਿਕੇਸ਼ਨ ਲਿੰਕ ਦੇ ਵਿੱਚੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਟੈਲੀਗ੍ਰam ਚੈਨਲ ਦੇ ਉੱਪਰੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਇਹ ਤੁਸੀਂ ਫਾਰਮ ਫਿਲ ਕਰਕੇ ਇਹਨਾਂ ਦਾ ਜੋ ਪਤਾ ਦਿੱਤਾ ਹੋਇਆ ਹੈ ਉਸ ਦੇ ਉੱਤੇ ਭੇਜਣਾ ਹੈ ਜੋ ਕਿ ਹੈ ਕਮਾਂਡੈਂਟ ਸਿਲੈਕਸ਼ਨ ਸੈਂਟਰ ਨਾਰਥ ਹੋਲਡ ਮਿਲਟਰੀ ਕੈਂਟ ਕਪੂਰਥਲਾ ਪੰਜਾਬ ਜੋ ਪਿੰਨ ਕੋਡ ਹੈ 144601 21 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ ਜੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੋਇਆ 21 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਫਾਰਮ ਫਿਲ ਕਰਕੇ ਆਪਣੇ ਡਾਕੂਮੈਂਟ ਨਾਲ ਲਗਾ ਕੇ ਪੂਰੀ ਡਿਟੇਲ ਭਰ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜ ਦੇਣਾ ਹੈ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਪੂਰਾ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਜੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ